ਸੋ ਮੈਂ ਸਭ ਤੋਂ ਪਹਿਲਾਂ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਉਣ, ਕਿਉਂਕਿ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਅਤੇ ਜਗਦੇਵ ਸਿੰਘ ਜੱਸਵਾਲ ਚੈਰੀਟੇਬਲ ਟਰੱਸਟ ਨੇ ਲਗਾਤਾਰ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਕੰਮ ਕੀਤਾ। ਗਿੱਲ ਸਾਹਿਬ ਉਹਨਾਂ ਕਾਮਿਆਂ ਦੇ ਵਿੱਚੋਂ ਇੱਕ ਹੈ। ਪ੍ਰੋਫੈਸਰ ਗੁਰਭਜਨ ਗਿੱਲ ਜੀ ਸਾਡੇ ਵੱਡੇ ਵਡੇਰੇ ਸਰ ਜਗਦੇਵ ਸਿੰਘ ਜੱਸਵਾਲ ਜੀ ਦੀ ਯਾਦ ਵਿੱਚ ਆਏ ਸੋ ਭਾਈ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿੱਛੇ ਜਿੰਨੇ ਵੀ ਸੱਜਣ ਪਿਆਰੇ ਭਾਅ ਜਿੰਦਰ ਜੀ ਤਾਂ ਮੇਰੇ ਤੋਂ ਬਿਨਾਂ ਦੋਸਤ ਨੇ, ਉਹ ਕਿਰਪਾ ਕਰਕੇ ਇੱਥੋਂ ਆਸੇ ਪਾਸੇ ਹੋ ਜਾਓ। ਇਹ ਅਦਬ ਨਹੀਂ ਹੈ, ਵਿਛੜੀ ਰੂਲ ਨਹੀਂ। ਇਹ ਗੱਲਾਂ ਜਿਹੜੀਆਂ ਕੁਛ ਮੈਂ ਕਰਨੀਆਂ ਨੇ ਉਹ ਉਸ ਵਰਤਾਰੇ ਦੀਆਂ ਕਰਨੀਆਂ ਨੇ ਜਿਹੜਾ ਬੰਦਾ ਸ਼ਾਇਦ ਖੋਲ੍ਹ ਕਰ ਜਾਂਦਾ। ਬਹੁਤੀ ਵਾਰ ਅਸੀਂ ਉਸਨੂੰ ਸਿਆਸਤਦਾਨ ਮੰਨਦੇ ਹਾਂ, ਕਲਚਰਲ ਆਈਕਨ ਮੰਨਦੇ ਹਾਂ, ਕਿਸੇ ਵਾਸਤੇ ਬਾਪ ਸੀ, ਕਿਸੇ ਵਾਸਤੇ ਵੱਡਾ ਵੀਰ ਸੀ। ਜਗਦੇਵ ਸਿੰਘ ਜੱਸੋਵਾਲ ਕੋਈ 80 ਸਾਲ ਦਾ ਫਿਜ਼ੀਕਲ ਆਈਡੈਂਟੀ ਨਹੀਂ ਸੀ, ਉਹ ਇੱਕ ਵਰਤਾਰਾ ਸੀ ਜਿਹਦੀ ਬੁੱਕਲ 'ਚ ਉਸ ਦੀ ਉਮਰ ਤੋਂ 50 ਵਰੇ ਵੱਡਾ ਬਜ਼ੁਰਗ ਵੀ ਬੈਠਦਾ ਸੀ। ਮੈਂ ਬਾਬਾ ਮਹਿੰਦਰ ਸਿੰਘ ਥਿੰਦ ਮੋਹੀ ਵਾਲਿਆਂ ਨੂੰ, ਜਿਹੜੇ ਸਰ ਛੋਟੂ ਰਾਮ ਦੇ ਸੈਕਟਰੀ ਰਹੇ ਸੀ, ਉਹਨਾਂ ਨੂੰ ਵੀ ਉਸੇ ਮਾਸੂਮੀਅਤ ਨਾਲ ਗੱਲਾਂ ਕਰਦਿਆਂ ਵੇਖਿਆ, ਜਿਵੇਂ ਬਿਲਾਸਪੁਰ ਤੋਂ ਇਸ ਯੂਨੀਵਰਸਿਟੀ 'ਚ ਪੜ੍ਹਨ ਆਏ ਨਿਰਮਲ ਜੌੜਾ ਨੂੰ ਵੇਖਿਆ। ਸਰ ਜਗਦੇਵ ਸਿੰਘ ਜੱਸੋਵਾਲ ਦਾ ਪਿਛਵਾੜਾ ਜਿਹੜਾ ਸੀ ਉਹ ਇੱਕ ਰੱਜੇ ਪੁੱਜੇ ਟੱਪਰ ਵਾਲਾ ਸੀ। ਜ਼ੈਲਦਾਰ ਦਾ ਪੁੱਤਰ ਹੋਵੇ, ਨਿੱਕੀ ਉਮਰੇ ਬਾਪ ਦਾ ਸਾਰਾ ਸਿਰ ਤੋਂ ਉੱਠ ਜਾਵੇ, ਆਪਣੇ ਟੱਬਰ ਨੂੰ ਲੀਡ ਕਰਨਾ, ਪਿੰਡ ਨੂੰ ਲੀਡ ਕਰਨਾ, ਸੋਸਾਇਟੀ ਦੇ ਵੱਖ ਵੱਖ ਸੈਗਮੈਂਟਸ ਦੇ ਵਿੱਚ ਆਗੂ ਦੇ ਰੂਪ 'ਚ ਵਿਚਰਨਾ, ਇਹ ਸਿਰਫ ਉਸ ਦਾ ਹੀ ਸੁਭਾਗ ਸੀ। ਮੈਂ ਜਿਸ ਦਿਨ ਸਰਦਾਰ ਜਗਦੇਵ ਸਿੰਘ ਜੱਸੋਵਾਲ ਨੇ ਅੱਖਾਂ ਮੀਟੀਆਂ ਤਾਂ ਇੱਕ ਗੱਲ ਚੇਤੇ ਕੀਤੀ, ਜਿਸ ਦੀ ਗਵਾਹੀ ਜਿੱਥੇ ਕੁਲਵੰਤ ਸਿੰਘ ਦੁਖੀਆ ਜੀ ਨੇ ਦਿੱਤੀ, ਕਿ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਇੱਕ ਵਿਅਕਤੀ ਵੀ ਇਹ ਦਾਅਵਾ ਨਹੀਂ ਕਰ ਸਕਦਾ ਕਿ ਮਾਸਟਰ ਤਾਰਾ ਸਿੰਘ ਜੀ ਦੇ ਨਾਲ ਜਨਰਲ ਸੈਕਟਰੀ ਤੌਰ 'ਤੇ ਮੈਂ ਕੰਮ ਕੀਤਾ, ਉਹ ਸਿਰਫ ਜਗਦੇਵ ਸਿੰਘ ਜੱਸੋਵਾਲ ਸੀ। ਔਰ ਉਸ ਵਕਤ ਜਦੋਂ ਅਕਾਲੀ ਦਲ ਸਿਰਫ ਇੱਕੋ ਇੱਕ ਸੀ, ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰ ਪ੍ਰਕਾਸ਼ ਸਿੰਘ ਬਾਦਲ ਨੇ ਉਸ ਦਿਨ ਵੀ ਆਖੀ ਸੀ, ਜਿਸ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਜੀ ਨੇ ਜੀਵਨ ਭਰ ਦੀਆਂ ਸੱਭਿਆਚਾਰਕ ਪ੍ਰਾਪਤੀਆਂ ਬਦਲੇ ਉਹਨਾਂ ਨੂੰ ਸਰਵ ਭਾਰਤੀ ਕਾਨਫਰੰਸ 'ਚ ਸਨਮਾਨਿਤ ਕੀਤਾ ਸੀ। ਔਰ ਜਿੰਨੇ ਹੱਕ ਨਾਲ, ਜਿੰਨੇ ਮਾਣ ਨਾਲ, ਜਿੰਨੇ ਚਾਅ ਨਾਲ ਕੋਈ ਆਪਣੇ ਸਾਥੀ ਨੂੰ ਬੁੱਕੜ 'ਚ ਲੈ ਕੇ, ਗਲਵੱਕੜੀ 'ਚ ਲੈ ਕੇ ਗੱਲ ਕਰਦਾ, ਉਹ ਮੇਰੀਆਂ ਅੱਖਾਂ ਨੇ ਤਾਂ ਵੇਖਿਆ। ਪਰਮਜੀਤ ਸਾਡਾ ਜਿਹਨੂੰ ਪੰਮੀ ਬਾਈ ਆਖਦੇ ਆ, ਉਹ ਵੀ ਮੇਰੇ ਨਾਲ ਇਹੀ ਗੱਲ ਸਾਂਝੀ ਕਰ ਰਿਹਾ ਸੀ ਕਿ ਇਹਨੇ ਹੱਕ ਨਾਲ ਇਹੀ ਜਨਰੇਸ਼ਨ ਇੱਕ ਦੂਸਰੇ ਨੂੰ ਮੁਹੱਬਤ ਦੇ ਸਕਦੀ ਸੀ। ਪਰ ਅਸੀਂ ਕਿੰਨੇ ਗਰੀਬ ਹਾਂ ਕਿ ਅਸੀਂ ਅੱਜ ਦੀ ਤਰੀਕ ਦੇ ਵਿੱਚ ਜਿਉਣ ਜਾਗਣ ਵਾਲੇ ਲੋਕ ਵੱਖਰੀਆਂ ਵੱਖਰੀਆਂ ਵੰਡੀਆਂ ਪਾ ਕੇ ਆਪਣੇ ਵੱਡਿਆਂ ਨੂੰ ਚੇਤੇ ਕਰਨ ਤੋਂ ਅੰਗਰੇਜ਼ ਕਰਦੇ। ਮੈਨੂੰ ਫਿਕਰਾ ਨਹੀਂ ਭੁੱਲਦਾ ਮੁੱਖ ਮੰਤਰੀ ਜੀ ਦਾ, ਕਹਿੰਦੇ ਵੇਖੋ 80 ਸਾਲ ਦੀ ਉਮਰ 'ਚ ਬੁੱਢਾ ਹੋਇਆ ਫਿਰਦਾ, ਖੁੰਡੀ ਚੁੱਕੀ ਫਿਰਦਾ, ਇੱਕ ਹੱਕ ਨਾਲ ਅਤੇ ਰੋਟੀ ਖਾਂਦੇ। ਜਿਹੜੀਆਂ ਗੱਲਾਂ ਉਹਨਾਂ ਨੇ ਆਪਸ ਕੱਲ੍ਹ 'ਚ ਇੱਕ ਦੂਸਰੇ 'ਚ ਕੀਤੀਆਂ, ਉਹ ਭਾਵੇਂ ਮੈਂ ਨਹੀਂ ਸੁਣੀਆਂ, ਪਰ ਭਾਵਨਾ ਇਹੀ ਸੀ ਕਿ ਜਗਦੇਵ ਸਿੰਘ ਤੇਰੀ ਅਜੇ ਬੜੀ ਲੋੜ ਹੈ। ਉਸ ਤੋਂ ਬਾਅਦ ਜੀ ਜਿਸ ਦਿਨ ਸਰਦਾਰ ਜਗਦੇਵ ਸਿੰਘ ਤਲਵੰਡੀ ਹੋਰਾਂ ਦਾ ਅੰਤਿਮ ਸੰਸਕਾਰ ਹੋ ਰਿਹਾ ਸੀ, ਕੋਈ ਰੋ ਰਿਹਾ ਸੀ, ਕੋਈ ਕੁਰਲਾ ਰਿਹਾ ਸੀ, ਕੋਈ ਚੰਗੇ ਪਲ ਚੇਤੇ ਕਰ ਰਿਹਾ ਸੀ, ਅਤੇ ਜਗਦੇਵ ਸਿੰਘ ਜੱਸੋਵਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੰਨ 'ਚ ਪਤਾ ਕੀ ਕਹਿ ਰਿਹਾ ਸੀ, ਮੁੱਖ ਮੰਤਰੀ ਜੀ ਤੁਸੀਂ 5 ਕਰੋੜ ਰੁਪਈਆ ਤਾਂ ਬੱਸੀਆਂ ਕੋਠੀ 'ਤੇ ਲਾ ਦਿੱਤਾ, ਅੱਜ ਨੇੜੇ ਆਏ ਹੋਏ ਹੋ, ਸਿਰਫ 2-2.5 ਕਿਲੋਮੀਟਰ ਦੂਰ ਹੈ, ਚਲੋ ਚੱਲੀਏ, ਅੱਖੀਂ ਤਾਂ ਵੇਖਾਓ ਕਿ ਕਿੰਨਾ ਕੰਮ ਹੋ ਗਿਆ, ਕਿੰਨਾ ਪੁਰਿਆ ਗਿਆ। ਇਹ ਹੱਕ ਵਰਤਣਾ ਸਰਦਾਰ ਜਗਦੇਵ ਸਿੰਘ ਜੱਸੋਵਾਲ ਨੂੰ ਆਉਂਦਾ ਸੀ, ਇਹ ਹੱਕ ਵਰਤ ਕੇ ਹੀ ਉਹਨਾਂ ਨੇ ਉਹ ਕਾਰਜ ਉਦੋਂ ਸ਼ੁਰੂ ਕੀਤਾ 1980 ਜਦੋਂ ਪਹਿਲੀ ਵਾਰ ਵਿਧਾਇਕ ਬਣੇ, ਔਰ ਰਾਏਕੋਟ ਇਲਾਕੇ ਦੀ ਜਿਹੜੀ ਕਲਚਰਲ ਹੈਰੀਟੇਜ ਸੀ ਉਸ ਵਿੱਚ ਉਹ ਸਾਰੇ ਨਿਸ਼ਾਨ ਸੰਭਾਲੇ, ਭਾਵੇਂ ਲੰਮੇ ਜਗਪੁਰੇ ਦੇ ਵਿੱਚ ਲਾਟ ਲਾਉਣਾ ਸੀ, ਚਾਹੇ ਬਸੀਆਂ ਕੋਠੀ ਨੂੰ ਦੁਬਾਰਾ ਪੁਨਰਸਿਜੀਤ ਕਰਾਉਣਾ ਸੀਗਾ। ਇਹ ਜ਼ਿਆਦਾਤਰ ਦੇ ਪੁੱਤਰਾਂ ਦਾ ਕੰਮ ਨਹੀਂ ਸੀ, ਇਹ ਧਰਤੀ ਪੁੱਤਰਾਂ ਦਾ ਕੰਮ ਸੀ।
जगदेव सिंह जसवाल धरती पुत्र सी। एक भी कदम ऐसा नहीं सी जिहड़ा कदम धरती नाल मर्यादा संभालण वाला ना होवे। वह धरती माँ का पुत्र सी, वह माँ बोली का पुत्र सी, माँ अमर कौर का सुलग पुत्र सी। बेबे जी जिस दिन गए ने 95 की गल है, मैनू याद आता वो पल, बच्चे वांग रो रहा सरदार जगदेव सिंह जसवाल। कहते सी तो मेरी माँ भी सी, मेरा प्यो भी सी, इन्हें तो कदे मैनू तत्ती हवा नहीं सी लगन दिती। एक जिवें कुकड़ी अपने पौंचा च अपने चूचा रखती है, उस तरह सानू सारे टब्बर संभाल के बेबे बैठी सी। वो मासूमियत कितों लियावांगे, मासूमियत लैण की लोड़ है, चेते करन की लोड़ है, संभालण की लोड़ है। सुरजीत पात्र दा खेर चेते आ रहा पल कि मथम तां झुलस गया हुंदे सूरज नूं, वह फिर भी गर्क गया नेरियां दे शहर अंदर। सादगी इस हद तक कि बीमार हो के जनरल वार्ड जाके दाखिल हो गए। मुहम्मद सदीक होरी गवाही देणगे, मेरे नाल निर्मल सी, साडा जसमेर सिंह टट सी, जिस दिन खिड़की वेखा सब चाहण, मैं उस रात सौ नहीं सकिया कि यार साडा एडा वड्डा जरनैल एक जनरल वार्ड च उवें पिया जिवें सधारण बंदे पए हुंदे आ, ते सानू भोरा भी इस गल का ख्याल नहीं। अद्धी रात नूं मैं बलजीत सिंह बल्ली नूं मैं फोन किया, मैं कहा बलजीत सरकारी तंत्र के टैलीफोन मेरे नाल राबता नहीं हो रहा, तू चंडीगढ़ च बैठा भरावा किसी अर्जी पता दे इत्थे बेनती कर। पर मेरी खुशकिस्मती कि पंजाब सरकार दे आला अधिकारी श्री एस के संधू होरां दा मैनूं सवेरे फोन आ गया कि बल्ली दे कहण दे उत्ते असीं सारी गल नूं बड़ा विचारिया। और फिर ठंडल साहब का 15 मिनट बाद फोन आ गया, ससुर सिंह ठंडल जी जिहड़े कल्चर के वजीर ने, कि सरकार ने फैसला किया कि असीं उन्हां दा इलाज करवावांगे। और मैं गुरुवार हजूरी इस गल का शुकराना कौन सिंह फाउंडेशन वालों, सरदार जगदेव सिंह जसवाल चैरिटेबल ट्रस्ट वालों, तो परिवार वालों करना चाहना कि इस गल नूं सिर्फ जगदेव सिंह जसवाल से ही ना रोकिया जाए। यही फिक्रमंदी सरदार चरणजीत सिंह अटवाल जैसे बीमार कुर्सी भी आए तो उत्थे भी गल हुई कि कलाकार बुद्धिजीवी शायर गायक ते सबका विधायक जिन्हां नूं तुसीं मैडिकल केयर दिंदे हो उन्हां वास्ते कैशलैस पॉलिसी का प्रबंध किया जाए, ताकि उन्हां नूं मैडिकल रीइंबर्समेंट वास्ते धक्के ना खाने पैण। सरदार जगदेव सिंह जसवाल के मन च दो रीजन वो दस के मैं गल खत्म करांगा। एक तो उन्होंने एक पीड़ सी, बड़ी डूंगी पीड़ सी, जी मैं तस्वीर भी भेट करेगा किसी वक्त चरणजीत सरकार होना, इन्हों कह लगे चरणजीत वीर मेरे दो काम करते हैं, एक तो ये करी कि हरियाणे दे विच बाबा बंदा सिंह बहादुर की आप बनाई राजधानी मुखलस गाड़िया कपाल मोचन के नेड़े उसनों कौमी यादगार के रूप में प्रवानगी दवाण वीर मदद करी अगवाई करी। हरियाणा गवर्नमेंट कही कि उत्थे कोई स्मारक बनावे, पंजाब गवर्नमेंट नूं भी इस गल की प्रेरणा देवी कि उस गल नूं किते हो परे ना करो, क्योंकि साढ़े कौमी स्वैमान का निशान है वह मुखलसगढ़ किला लोहगढ़ जिहड़ा उत्थे केंद्रीय राजधानी बनाई गई सी सिख राज की पहली राजधानी, उस पूरे भारत के स्वैमान की निशानी कले सिखा की निशानी नहीं है। मैनू लगता है सिर्फ मेलिया वाला जसवाल चेते ना करिए, मेलिया वाला जसवाल के एक किणका मात्र टोटा सी, वो फिक्रमंदियां इस धरती की टोटल मर्यादा संभालने वाली सी, टोटल मर्यादा उन्होंने संतरा मुदासी का भी उन्ना ही फिक्र सी जिन्ना अमर सिंह चमकीले के मरण का दुख से। सुरजीत पात्र की शायरी भी उन्नी चंगी लगती सी जिनी फैजल फैज की लगती सी। वो नवाज शरीफ ने यह गल कह सकता है, हरनेक सिंह घड़ूआ जी इस गल की गवाही देंगे कि नवाज शरीफ जी इस सरहद को आप कितना चिर बढ़ती रहन देंगे। वो 14 अगस्त को चिराग बालन जाता सी हर साल सरहद पर, फोकलोर अकैडमी की मदद लई, जागृति मंच वाले दोस्तों की मदद लई, किन्ने मित्र प्यारे उस काफले च रलाए, किन्ने लेखक ऐसे ने जिहड़े दावा नहीं कर सकते कि असी मोहन सिंह फाउंडेशन दे राही लोक संगीत ते भर वक्त दरिया के नाल नाल तुरे। उहदी जबान ते सत जाणियो गुरु महाराज जी झूठ नहीं बोलिया जाता, सरस्वती का वास सी।
नहीं तो दसो कौन बंदा है मूहो गल कढे ते जसवीर सिंह धालीवाल वर्गा दोस्त 20 लाख रुपए ला के विरासत भवन दे पूरे पूरा फ्लोर उसार देवे। वो किहड़ा बंदा जिहदे कहे ते मुख्यमंत्री बसियां कोठी चला जावे। वो कौन बंदा है जिहदे हिलरे बोलन संभालण वास्ते नरेंद्र गुगियाणे वी वर्गा 3-4 किताबां लिख देवे। वो किन्ने कु बंदे ने, वह किन्ने क बंदे ने जिंदी याद में चिराग बाल के ते घर तो लैके सदर प्रसन्न मोहन सिंह पुत तक 250-300-400 बंदे का काफिला जा रहा जी। डॉक्टर एस एस जौहल शामिल ने लियाकत का शिखर, जिसे सुरजीत पात्र शामिल ने, जिसे डॉक्टर आत्मजीत शामिल ने, जिसे कौन शामिल नहीं, रविंद्र गरेवाल गायक शामिल है, नव नेत्रा नाल वो निक्के निक्के बच्चे जिहड़े हुण इस वेले धौलियां दाड़ियां वाले मेरे अगे ने, वो सारे शामिल ने। ਇਹ ਵਰਤਾਰਾ ਸਭ ਜਾਣੇ 45 ਸਾਲ ਇਹ ਸ਼ਹਿਰ 'ਚ ਰਹਿੰਦਾ, ਮੈਨੂੰ ਹੋ ਗਏ ਮੈਂ ਅੱਖੀ ਨਹੀਂ ਸੀ ਵੇਖਿਆ ਕਦੇ ਕਿ ਕਿਸੇ ਆਪਣੇ ਵਡੇਰੇ ਨੂੰ ਤੋਰਨ ਵਾਸਤੇ ਆਪ ਮੁਹਾਰੇ ਇਸ ਤਰ੍ਹਾਂ ਦਾ ਸਿਲਸਿਲਾ ਤੁਰੇ। ਇੱਕੋ ਗੱਲ ਆਖਾਂਗਾ ਦੋਸਤੋ, ਅਸੀਂ ਅੱਜ ਅੰਤਮ ਅਰਦਾਸ ਲਫ਼ਜ਼ ਇਸ ਵਾਸਤੇ ਵਰਤ ਰਹੇ ਹਾਂ ਕਿਉਂਕਿ ਇਹ ਸ਼ਬਦ ਸਾਨੂੰ ਮਰਿਆਦਾ ਨੇ ਦਿੱਤਾ ਹੈ। ਜਗਦੇਵ ਸਿੰਘ ਜੱਸੋਵਾਲ ਦੀ ਕੋਈ ਅੰਤਮ ਅਰਦਾਸ ਕੀਤੀ ਨਹੀਂ ਜਾ ਸਕਦੀ। ਹਰ ਪਲ ਖੁਦ ਅਰਦਾਸ ਰਹਿਣ ਵਾਲਾ ਵਿਅਕਤੀ ਇੱਕ ਦਿਨ ਮੈਨੂੰ ਕਹਿਣ ਲੱਗੇ, ਤੈਨੂੰ ਪਤਾ ਮੈਨੂੰ ਗੋਲੀਆਂ ਵਾਲਿਆਂ ਬੰਦੂਕਾਂ ਵਾਲਿਆਂ ਨੇ ਕਿਉਂ ਨਹੀਂ ਸੀ ਮਾਰਿਆ ਉਹਨੇ ਦੇਣੀ? ਮੈਂ ਜਿੱਦਾਂ ਜੀ ਦੱਸੋ, ਕਹਿੰਦੇ ਮੈਂ ਦਮਦਮੀ ਟਕਸਾਲ ਦਾ ਅੰਮ੍ਰਿਤ ਛਕਿਆ ਹੋਇਆ ਸੀ ਪਰ ਮੈਂ ਨਿਭਾ ਨਹੀਂ ਸਕਿਆ। ਕਿੰਨੇ ਲੋਕ ਨੇ ਜਿਹੜੇ ਮੰਨਦੇ ਹੀ ਨਹੀਂ ਇਸ ਗੱਲ ਨੂੰ ਕਿ ਮੈਂ ਨਹੀਂ ਨਿਭਾ ਸਕਿਆ। ਕਹਿੰਦੇ ਅਸਲ 'ਚ ਮੈਂ ਲਾਡਲਾ ਸਿੱਖ ਸੀ ਨਾ, ਮੈਂ ਆਮ ਬੰਦਿਆਂ ਵਾਲੀਆਂ ਕਮਜ਼ੋਰੀਆਂ ਪਾਲ ਲਈਆਂ ਇਸ ਕਰਕੇ ਮੈਂ ਨਿਭਾ ਨਹੀਂ ਸਕਿਆ। ਮੇਰਾ ਖਿਆਲ ਹੈ ਜਿੰਨੀਆਂ ਪਰਤਾਂ ਉਸ ਬੰਦੇ ਦੀਆਂ ਸੀ ਕਿ ਖੋਲ੍ਹਣ ਬੈਠਾਂਗੇ ਨਾ ਸ਼ਾਇਦ ਸ਼ਾਮ ਪੈ ਜਾਵੇ। ਇਸ ਸੰਗਤ ਦੇ ਵਿੱਚ ਸਿਖਰਲੇ ਅਕੈਡਮਿਸ਼ਨ ਡਾਕਟਰ ਜੌਹਲ ਸਾਹਿਬ, ਡਾਕਟਰ ਜਸਪਾਲ ਸਿੰਘ ਜੀ, ਡਾਕਟਰ ਐਨ ਐਸ ਮੱਲੀ ਵਾਈਸ ਚਾਂਸਲਰ ਗੁਰੂਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਚਾਂਸਲਰ ਸਾਹਿਬ ਸਰ ਜਸਵੀਰ ਸਿੰਘ ਧਾਲੀਵਾਲ ਬੈਠੇ, ਡਾਕਟਰ ਸਾਹਿਬ ਸਿਆਸਤ ਦੇ ਸੱਤਾ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਲ ਜੀ, ਕਿਹੜਾ ਨਾਂ ਕਰਾਵਾਂ, ਸਾਬਕਾ ਮੰਤਰੀ ਸਾਹਿਬਾਨ ਪ੍ਰੈਜ਼ੈਂਟ ਸਰਕਾਰ 'ਚੋਂ ਸੋਹਣ ਸਿੰਘ ਠੰਡਲ ਜੀ ਆਏ ਨੇ ਜਿਹੜੇ ਸੱਭਿਆਚਾਰ ਔਰ ਜੇਲ੍ਹਾਂ ਦੇ ਮੰਤਰੀ ਨੇ, ਇਸ ਸੰਗਤ ਦੇ ਵਿੱਚ ਆਏ ਹੋਏ ਸਾਰੇ ਜੀ ਜਿਹੜੇ ਨੇ ਉਹਨਾਂ ਨੂੰ ਇੱਕੋ ਹੀ ਬੇਨਤੀ ਕਰਾਂਗਾ। ਦੋਸਤੋ, ਪਿਆਰਿਓ, ਭੈਣੋ, ਬੀਬੀਓ, ਸਰਦਾਰ ਜਗਦੇਵ ਸਿੰਘ ਜੱਸੋਵਾਲ ਦੇ ਵਰਤਾਰੇ ਨੂੰ ਸੰਭਾਲਣਾ ਆਪਾਂ, ਤਾਂ ਕਿ ਧਰਤੀ ਦੀ ਮਰਿਆਦਾ ਨਾ ਗੁਆਚੇ। ਉਹ ਇਸ ਧਰਤੀ ਦੀ ਪ੍ਰਾਹੁਣਚਾਰੀ ਨੂੰ, ਇਸ ਧਰਤੀ ਦੇ ਪਕਵਾਨ ਨੂੰ, ਇਸ ਧਰਤੀ ਦੇ ਮੁਹਾਂਦਰੇ ਨੂੰ, ਇਸ ਧਰਤੀ ਦੇ ਵਣ ਤ੍ਰਿਣ ਨੂੰ ਸੰਭਾਲਣ ਵਾਸਤੇ ਸਾਨੂੰ ਹਮੇਸ਼ਾ ਹੀ ਸੁਚੇਤ ਕਰਦੇ ਸੀ। ਅਸੀਂ ਇਹੀ ਸ਼ਰਧਾਂਜਲੀ ਦਿਆਂਗੇ। ਟੱਬਰ ਦਾ ਪਰਿਵਾਰ ਦਾ ਅੱਜ ਧੰਨਵਾਦ ਕਰਨਾ ਬਣਦਾ ਮੇਰੇ ਵੱਲੋਂ, ਖਾਸ ਕਰਕੇ ਪ੍ਰਗਟ ਸਿੰਘ ਗਰੇਵਾਲ ਵੱਲੋਂ ਖਾਸ ਕਰਕੇ, ਕਿ ਤੁਸੀਂ ਸਾਨੂੰ ਸਰਦਾਰ ਜਗਦੇਵ ਸਿੰਘ ਜੱਸੋਵਾਲ ਇੰਨੇ ਸਮੇਂ ਲਈ ਦੇ ਦਿੱਤਾ। ਉਹ ਕਹਿੰਦੇ ਹੁੰਦੇ ਸੀ, ਟੱਬਰ ਤਾਂ ਮੇਰਾ ਤਣਾ ਆ, ਤਣਾ ਇਹ ਮੇਰੀ ਤਾਕਤ ਹੈ, ਤੁਸੀਂ ਮੇਰੀਆਂ ਟਾਹਣੀਆਂ ਹੋ, ਪੱਤੇ ਹੋ, ਤੁਹਾਡੇ ਬਿਨਾਂ ਮੈਂ ਨਹੀਂ ਜੀ ਸਕਦਾ। ਤੁਸੀਂ ਹਿਲਦੇ ਹੋ, ਹਰਕਤ 'ਚ ਰਹਿੰਦੇ ਹੋ, ਤਾਂ ਹੀ ਬਰਕਤ ਆਉਂਦੀ ਹੈ। ਇੰਨਾ ਪ੍ਰੈਕਟੀਕਲ ਬੰਦਾ ਹੋਣਾ ਮੁਸ਼ਕਲ ਮੁਸ਼ਕਲ। ਸਭ ਤੋਂ ਅਖੀਰ ਡਾਕਟਰ ਜੌਹਲ ਸਾਹਿਬ, ਜਿਹੜੀ ਆਪਾਂ ਤਸਵੀਰ ਦੇਖੀ ਸੀ ਦੀਵਾਰ 'ਤੇ ਬਣਵਾਈ ਜੱਸੋਵਾਲ ਸਾਹਿਬ ਨੇ, ਉਹ ਗੱਲ ਸੁਣਾ ਕੇ ਦੋਸਤਾਂ ਨੂੰ ਖਤਮ ਕਰਾਂਗਾ ਕਿ ਬਹੁਤੇ ਦੋਸਤਾਂ ਨਹੀਂ ਉਸ ਗੱਲ ਦਾ ਪਤਾ। ਸਰ ਬੰਤਾ ਸਿੰਘ ਇੱਕ ਬਹੁਤ ਵੱਡੇ ਸ਼ਹਿਰ ਦੇ ਨਾਮਵਰ ਬੋਤਰਾ ਸੀ, ਮੁਰਾਦਪੁਰੇ ਰਹਿੰਦੇ ਸੀ। ਗਵੜੇ ਸਾਹਿਬ ਉਹਨਾਂ ਨੂੰ ਇੱਕ ਦਿਨ ਮੈਨੂੰ ਸਾਨੂੰ ਨਾਲ ਲੈ ਗਏ, ਡਾਕਟਰ ਆਤਮ ਹਮਰਾਹੀ ਨੂੰ ਲੈ ਲਿਆ। ਸਰ ਬੰਤਾ ਸਿੰਘ ਦੇ ਘਰ 'ਚ ਰਹਿ ਗਏ, ਕਹਿੰਦੇ ਬੰਤਾ ਸਿੰਘ ਮੈਨੂੰ ਪਤਾ ਲੱਗਿਆ ਕਿ ਆਤਮ ਨਗਰ ਦੇ ਬਾਹਰ ਵਾਲੇ ਮਗਰਮੱਛ ਤੂੰ ਬਣਾਏ ਨੇ। ਕਹਿੰਦੇ ਹਾਂਜੀ ਮੈਂ ਬਣਾਏ ਨੇ। ਕਹਿੰਦੇ ਤੈਨੂੰ ਬਣਾਉਣ ਦੀ ਕੀ ਲੋੜ ਸੀ, ਸ਼ਹਿਰ 'ਚ ਪਹਿਲੇ ਮਗਰਮੱਛ ਬਹੁਤ ਸੀ, ਤੂੰ ਜੇ ਬਣਾਉਣਾ ਨਾ ਮੇਰੇ ਘਰ ਚੱਲ, ਜਿੰਨੀਆਂ ਦਿਹਾੜੀਆਂ ਲੱਗਣਗੀਆਂ ਤੈਨੂੰ ਮੈਂ ਦੇ ਦਿਆਂਗਾ, ਤੂੰ ਮੈਨੂੰ ਪੰਜਾਬ ਦੀ ਵਿਰਾਸਤ ਬਣਾ ਕੇ ਦੇ। ਉਹ ਕਹਿੰਦੇ ਕੀ ਬਣਾ ਕੇ ਦੇਣੀ ਜਸਦਾ, ਕੀ ਬਣਾਉਣਾ ਤੁਸੀਂ? ਕਹਿੰਦੇ ਮੈਂ ਬਣਵਾਉਣਾ ਕਿ ਮੋਰ ਪਾਵੇ ਪੈਲ, ਸੱਪ ਜਾਵੇ ਖੱਡ ਨੂੰ, ਬਗਲਾ ਭਗਤ ਚੱਕ ਲਿਆਵੇ ਡੱਡ ਨੂੰ, ਕੱਸੀ ਉੱਤੇ ਬੈਠ ਕੇ ਕਵਿੱਤ ਜੋੜਦਾ, ਡਾਢੇ ਦੀ ਲਿਖੇ ਨੂੰ ਕੌਣ ਮੋੜਦਾ। ਉਹ ਪੇਂਟਿੰਗ ਜਦ ਜਾਓਗੇ ਨਾ ਮਿਊਰਲ ਬਣਿਆ ਹੋਇਆ ਦੀਵਾਰ 'ਤੇ ਜਾ ਕੇ ਵੇਖਿਓ ਜੱਸੋਵਾਲ ਸਾਹਿਬ ਦੇ ਘਰ ਦੇ ਵਿੱਚ। ਇੱਕ ਗੱਲ ਹੋਰ, ਹਰ ਵਾਰ ਉਹਨਾਂ ਨੇ ਇਹੀ ਆਖਣੀ, ਹਰ ਕ੍ਰਾਈਸਿਸ ਦੀ ਘੜੀ ਆਖਣੀ, ਇੱਕ ਹੱਥ ਝੰਡਾ ਦੇਸ਼ ਦਾ, ਦੂਜੇ ਹੱਥ ਦਸਮੇਸ਼ ਦਾ, ਇੱਕ ਪਾਸੇ ਬਾਪੂ ਦੂਜੇ ਪਾਸੇ ਮਾਂ, ਦੱਸੋ ਲੋਕੋ ਮੈਂ ਕਿੱਧਰ ਜਾਣਾ। ਜਗਦੇਵ ਸਿੰਘ ਜੱਸੋਵਾਲ ਦੇ ਚਰਨਾਂ 'ਚ ਸਿਰ ਝੁਕਾਉਂਦਾ ਹੋਇਆ
यही बल मंगता संगत तो बल मंगता कि परमात्मा संगत रूप बैठे परमात्मा ये बल देवी कि मेरे सारे साथी सब प्रगट सिंह गरेवाल जी निर्मल जावड़ा होर साथी जी कृष्ण गुरु बाबा जी सानू सारे बल बखे कि उसनों उसे स्पिरिट याद रख सकी जी स्पिरिट असी उन्होंने ज्योदे जीवन विचरते सी। वाहिगुरु जी का खालसा वाहिगुरु जी का